ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਕਿਸਾਨੀ ਦਾ ਮਸਲਾ ਹੋਵੇ, ਇਕੱਲੇ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਨਾਲ 25 ਸਾਲ ਤੋਂ ਡੁੱਬਦੀ ਕਿਸਾਨੀ ਤਾਂ ਠੀਕ ਨਹੀਂ ਹੋਗੀ। ਬਿਲਕੁਲ, ਆਮਦਨ ਤਾਂ ਹਜੇ ਵੀ ਕਿਸਾਨਾਂ ਦੀ ਘੱਟ ਰਹੀ ਹੈ, ਲਾਗਤ ਹਜੇ ਵੀ ਵੱਧ ਰਹੀ ਹੈ, ਉਪਜ ਹਜੇ ਵੀ ਘੱਟ ਰਹੀ ਹੈ। ਪਿਛਲੇ 11 ਸਾਲ ਤੋਂ ਲਗਾਤਾਰ ਉਪਜ ਘੱਟ ਰਹੀ ਹੈ ਪੰਜਾਬ ਦੀ। MSP ਕਣਕ ਤੇ ਜੀਰੀ ਤੇ ਜਾਣ ਦਾ ਡਰ ਹਜੇ ਵੀ ਉਨਾ ਹੀ ਹੈ। ਬਿਲਕੁਲ, ਸੋ ਉਹਦਾ ਹੱਲ ਕੀ ਹੈ? ਇਹਦੇ ਉੱਤੇ ਮੈਂ ਸਾਲਾਂ ਖੁਦ ਕੰਮ ਕੀਤਾ, ਪੰਜਾਬ ਦਾ ਜਿਹੜਾ ਮਾਫੀਆ ਉਹਨੂੰ ਖਤਮ ਕਿਵੇਂ ਕਰ, ਉਸ ਉੱਤੇ ਕੰਮ ਕੀਤਾ। ਮੈਂ ਤਾਂ ਚਾਹੂੰਗਾ, ਮੈਂ ਤਾਂ ਲੋਕਾਂ ਨੂੰ ਜਾ ਕੇ ਕਹਿੰਦਾ ਸੀਗਾ ਤੁਸੀਂ ਵੋਟਾਂ ਪਾਣੀਆਂ ਨਾ ਪਾਣੀਆਂ, ਮੈਨੂੰ ਪਤਾ ਤੁਸੀਂ ਕਾਂਗਰਸ ਨਾਲ ਔਖੇ ਹੋ, ਤੁਸੀਂ ਵੋਟਾਂ ਨਾ ਪਾਇਓ। ਗੱਲ ਇਹ ਹੈ ਕਿ ਮੈਂ ਤੁਹਾਨੂੰ ਹੱਲ ਦੱਸ ਰਿਹਾ, ਜਿਹਨੂੰ ਤੱਕ ਦੂੰਗਾ ਤੋਂ ਕਰਾ ਲਿਓ, ਆਪਾਂ ਨੂੰ ਕੋਈ ਥੋੜ੍ਹੀ ਕਿ ਮੇਰੇ ਤੋਂ ਕਰਾਓ। ਬਿਲਕੁਲ, ਅਤੇ ਹੋਰ ਬਹੁਤ ਚੀਜ਼ਾਂ ਨੇ, ਇਹ ਤਾਂ ਆਪਾਂ ਮੈਂ ਜੋ ਸਿੱਖਿਆ ਮਿਹਨਤ ਕਰਕੇ ਸਿੱਖਿਆ, ਮੈਂ ਦਿਨ ਰਾਤ ਇੱਕ ਕਰਕੇ ਪੰਜਾਬ ਉੱਤੇ ਕੰਮ ਕੀਤਾ, ਅਤੇ ਮੈਂ ਚਾਹੁੰਦਾ ਕਿ ਇਹ ਸਾਰੀ ਕਨਵਰਸੇਸ਼ਨ ਲੋਕਾਂ ਜਾਵੇ, ਇਹ ਗੱਲਾਂ ਲੋਕਾਂ ਜਾਣ, ਲੋਕ ਇਸ ਟੋਪਿਕ 'ਤੇ ਗੱਲਾਂ ਕਰਨ।